ਜਦੋਂ ਇਹਨੇ ਅੱਛਾ ਸਾਰੇ ਬਚ ਗਏ ਹੈ ਫਿਰ ਬਣਾਈ ਦੁਬਾਰੇ ਕਹਿੰਦੇ ਅੱਜ ਮੈਂ ਬੋਲ ਨੀ ਸਕਦਾ ਮੰਮੀ ਵੀ ਨਾਲ ਹੀ ਨੇ ਇੱਥੇ ਨੇੜੇ ਤੇੜੇ ਤੇ ਬਾਬਾ ਜੀ ਬਹੁਤ ਵਧੀਆ ਲੱਗਿਆ ਓਬਵੀਅਸਲੀ ਭਾਵਨਾ ਜੀ ਬਹੁਤ ਵਧੀਆ ਲੱਗ ਰਿਹਾ ਫਿਲਮਾਂ ਬਣਾਈਆਂ ਨੇ ਅੱਜ ਕਿੰਨੇ ਸਾਲ ਹੋ ਗਏ 26 ਸਾਲ ਤਾਂ ਮੈਨੂੰ ਹੀ ਹੋ ਗਏ ਲਾਈਨ ਦੇ ਅੰਦਰ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਆਪਣੇ ਬੱਚਿਆਂ ਨਾਲ ਔਰ ਦੇਖੋ ਤੁਸੀਂ ਵੱਡੀ ਗੱਲ ਜਿਵੇਂ ਭਾਜੀ ਨੇ ਦੱਸੀ ਵੀ ਅਸੀਂ ਪੰਚ ਕ੍ਰੀਏਟ ਕਰਦੇ ਹਾਂ ਕੋਈ ਇੱਕ ਵੀ ਬਲਗਰ ਡਾਇਲੋਗ ਲੱਗਿਆ ਵਿੱਚੋਂ ਤੁਹਾਨੂੰ ਐਂ ਲੱਗਿਆ ਵੀ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਜਾਂ ਅੱਖਾਂ ਨੀਵੀਆਂ ਇਹ ਇਹ ਗੱਲ ਦਾ ਖਾਸ ਖਿਆਲ ਰੱਖਦੇ ਨੇ ਭਾਜੀ ਪਹਿਲੀ ਦੋਸਤੋ ਤਰੀਕ ਹੋ ਗਈ ਅੱਜ 12 ਤੇ ਫਿਲਮ ਰਿਲੀਜ਼ ਹੋ ਗਈ ਜੀ ਜਿਉਂਦੇ ਰਹੋ ਭੂਤ ਜੀ ਅਤੇ ਯਾਰ ਸੋਚਣ ਵਾਲੀ ਗੱਲ ਇਹ ਹੈ ਕਿ ਭੂਤਾਂ ਨੂੰ ਜਿਉਂਦੇ ਕੌਣ ਰੱਖਦਾ ਇੱਕੋ ਬੰਦਾ ਰੱਖ ਸਕਦਾ ਸਾਡੇ ਸਿਨੇਮੇ ਦੇ ਕਿੰਗ ਕਮੇਡੀ ਕਿੰਗ ਸੰਦੀਪ ਕੰਗ ਜੀ ਉਹਨਾਂ ਨੇ ਭੂਤ ਨੂੰ ਜਿਉਂਦਾ ਰੱਖਿਆ ਕੀ ਕੁਝ ਹੋਣ ਵਾਲਾ ਟ੍ਰੇਲਰ ਬਹੁਤ ਕਮਾਲ ਦਾ ਐਕਸਾਈਟਮੈਂਟ ਬਹੁਤ ਜ਼ਿਆਦਾ ਕਿਉਂਕਿ ਕਿਉਂ ਕਿਹਾ ਭੂਤ ਨੂੰ ਜਿਉਂਦੇ ਰਹੋ ਫਿਲਮ ਵੇਖਦੇ ਹਾਂ ਫਿਲਮ ਦੀ ਸਟਾਰਕਾਸਟ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਕਿੰਨੀ ਐਕਸਾਈਟਮੈਂਟ ਆ ਬਣੇ ਰਹੋ ਮੇਰੇ ਨਾਲ ਆਓ ਜੀ ਬ੍ਰਦਰ ਪਿੱਛੇ ਆ ਜਾ ਬਹੁਤ ਵਧੀਆ ਜੀ ਮੈਂ ਤਾਂ ਬੰਦੇ ਪਛਾਣ ਲਏ ਵੀ ਕਿਹਨੂੰ ਨਹੀਂ ਬਿਠਾਉਣਾ ਸਵਾਦ ਆਇਆ ਸਾਰਿਆਂ ਨੂੰ ਚਲ ਚਲ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੁਹਾਨੂੰ ਸਵਾਦ ਆਇਆ ਤਾਂ ਸਾਨੂੰ ਸਵਾਦ ਆ ਗਿਆ ਸਮਝ ਲਓ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਸਮੀਪ ਭਾਜੀ ਨੂੰ ਬੁਲਾ ਲਓ ਸਮੀਪ ਭਾਜੀ ਬਾਅਦ 'ਚ ਫਰੇਮ ਸਾਰਾ ਹਿੱਲਿਆ ਜਦੋਂ ਤੁਸੀਂ ਆਏ ਇੱਕ ਵਾਰੀ ਆ ਜਾਓ ਭਾਜੀ
ਅਜੇ ਬੂਥ ਅੰਦਰ ਹੀ ਹੈ। ਬਰਕਰਾਰ ਆ ਕਈ ਸਾਲਾਂ ਤੋਂ ਸਮੀਰ ਭਾਜੀ ਤੋਂ ਆਪਾਂ ਸ਼ੁਰੂਆਤ ਕਰੀਏ, ਉਹਨਾਂ ਦੀ ਕਲਾ ਬਾਰੇ ਤੁਸੀਂ ਕੀ ਸੋਚਦੇ? ਸਭ ਤੋਂ ਵੱਡੀ ਗੱਲ ਤਾਂ ਮੋਟੇ ਜਿਹੇ ਭਾਈ ਬਾਰੇ ਮੈਂ ਕਹਿ ਕਹਿਣਾ, ਲਵਲੀ ਪਰਸਨ, ਜੈਮ ਆਫ ਅ ਪਰਸਨ ਸਾਡੇ ਤਾਂ ਸਾਰਾ, ਕਿਉਂਕਿ ਉਹ ਉਹੀ ਨੇ ਹੈ ਨਾ ਬਹੁਤ ਸਾਡੇ ਇਸ ਸ਼ਿਪ ਦੇ, ਤਾਂ ਇੰਨਾ ਕਮਾਲ ਦਾ ਕੰਮ ਕਰਦੇ ਨੇ ਤੁਸੀਂ, ਔਰ ਸਭ ਤੋਂ ਵੱਡੀ ਗੱਲ 100 ਕਰੋੜ ਦੀ ਫਿਲਮ ਦੇਣ ਵਾਲੇ ਪੰਜਾਬੀ ਇੰਡਸਟਰੀ ਨੂੰ ਉਹੀ ਨੇ, ਅਤੇ ਸਾਡੇ ਤਾਂ ਹੁਣ ਇੰਨੀਆਂ ਰਮਜਾਂ ਸਾਂਝੀਆਂ ਨੇ ਸਾਰਿਆਂ ਦੀਆਂ, ਅਸੀਂ ਅੱਖ ਦਾ ਇਸ਼ਾਰਾ ਸਮਝ ਜਾਂਦੇ ਹਾਂ, ਪਰ ਮੈਨੂੰ ਮੇਰੇ 'ਚ ਉਹ ਕੌਨਫੀਡੈਂਸ ਫਰੈਂਕਲੀ ਅਸਾਂ ਨਹੀਂ ਸੀਗਾ ਮੂਵੀ ਦੇਖਣ ਤੋਂ ਪਹਿਲਾਂ, ਥੋੜ੍ਹਾ ਜਿਹਾ ਡਰ ਲੱਗਦਾ ਹੁੰਦਾ 10ਵੀਂ ਦਾ ਪੇਪਰ ਦੇ ਕੇ ਨਾ, ਉਸ ਤੋਂ ਬਾਅਦ ਰਿਜ਼ਲਟ ਦਾ ਡਰ ਲੱਗਦਾ ਹੁੰਦਾ, ਅੱਜ ਪਹਿਲੀ ਵਾਰੀ ਥੋੜ੍ਹਾ ਜਿਹਾ ਕੌਨਫੀਡੈਂਟ ਦੇਖਿਆ, ਤੁਹਾਨੂੰ ਲੱਗਦਾ ਹੁਣ ਵੀ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਮੈਂ, ਮੈਨੂੰ ਤਾਂ ਬਹੁਤ ਵਧੀਆ ਲੱਗੀ, ਮੈਨੂੰ ਆਪਦਾ ਕੰਮ ਬਹੁਤ ਘੱਟ ਵਧੀਆ ਲੱਗਦਾ ਹੁੰਦਾ ਵੈਸੇ, ਪਰ ਅੱਜ ਟੋਟੈਲਿਟੀ ਦੇ ਵਿੱਚ ਮੂਵੀ ਮੈਨੂੰ ਬਹੁਤ ਵਧੀਆ ਲੱਗੀ, ਔਰ ਇਹ ਵਧਾਈਆਂ ਜਾਂਦੀਆਂ ਨੇ ਸਾਡੇ ਸਮੀਪ ਕੰਗ ਸਾਹਿਬ ਨੂੰ, ਕਿਉਂਕਿ ਕੰਸੀਵ ਇਹ ਆਈਡੀਆ ਉਹਨਾਂ ਨੇ ਕੀਤਾ ਸੀ, ਸਕ੍ਰਿਪਟ ਉਹਨਾਂ ਦੀ ਸੀ, ਔਰ ਰਾਜੂ ਵਰਮਾ ਜੀ ਦੇ ਡਾਇਲੋਗ ਨੇ, ਸਾਡੇ ਭਰਾ ਨੇ ਕਮਾਲ ਕਰਤੀ, ਔਰ ਤੁਸੀਂ ਜਦੋਂ ਹੱਸ ਰਹੇ ਸੀਗੇ ਤਾਂ ਹਾਸਿਆਂ ਨਾਲ ਸਾਨੂੰ ਆਸ਼ੀਰਵਾਦ ਮਿਲ ਰਿਹਾ ਸੀ ਉੱਥੇ ਬੈਠੀ, ਤਾਂ ਅਸੀਂ ਬੂਸਟ ਅਪ ਹੋ ਰਹੇ ਸੀ ਵੀ ਚਲੋ ਬਾਬਾ ਕਿਰਪਾ ਕਰੇ ਯਾਰ ਸਾਡੀ ਕਲਾ ਨੂੰ ਭਾਗ ਲਾਉਣ ਬਾਬਾ, ਹੈ ਨਾ, ਹੋਰ ਅਸੀਂ ਵਧੀਆ ਵਧੀਆ ਫਿਲਮਾਂ ਲੈ ਕੇ ਆਈਏ, ਅਤੇ ਬਸ ਚੜ੍ਹਦੀਆਂ ਕਲਾ 'ਚ ਰਹੋ, ਇੰਨਾ ਪਿਆਰ ਦੇਣ ਲਈ, ਬਸ ਇਹੀ ਇਹੀ ਤੁਹਾਡੇ ਥਰੂ ਮੈਂ ਕਹਿਣਾ ਚਾਹੁੰਦਾ, ਕਿਉਂਕਿ ਤੁਸੀਂ ਇੱਕ ਵਾਰੀ ਬੋਲ ਕੇ ਸਾਰੇ ਸੁਣ ਵੀ ਰਹੇ ਹੋਣਗੇ, ਤੁਹਾਨੂੰ ਸੱਚੀ ਦੱਸੋ ਕਿਵੇਂ ਲੱਗੀ, ਲਵ ਯੂ ਵੀਰੇ, ਬਸ ਇਹੀ ਬੇਨਤੀ ਹੈ ਤੁਹਾਡੇ ਥਰੂ ਵੀ ਜਿਨ੍ਹਾਂ ਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਜਾ ਕੇ ਦੇਖ ਕੇ ਆਉਣ, ਅਤੇ ਜੇ ਫਿਲਮ ਵਧੀਆ ਲੱਗੀ ਤਾਂ ਆਲੇ ਦੁਆਲੇ ਇੰਨੇ ਕੁ ਸਪਰੈਡ ਕਰ ਦਿਓ, ਕਿਉਂਕਿ ਤੁਹਾਡੀ ਬਦੌਲਤੀ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ, ਸਾਰੇ ਲੋਕ ਜਿੰਨਾ ਸਾ ਨਾ ਸਾਨੂੰ ਮੁਹੱਬਤ ਕਰਦੇ ਹੋ, ਅਸੀਂ ਤੁਹਾਡੀ ਕਸੌਟੀ 'ਤੇ ਪੂਰੇ ਉਤਰੇ ਹਾਂ, ਤੁਹਾਡੇ ਪੈਸੇ ਵਸੂਲ ਨੇ, ਕਰੀ ਜਾ ਕੇ ਦੇਖ ਕੇ ਆਓ, ਸਿਨੇਮਾ ਘਰ ਭਰ ਦਿਓ, ਅਤੇ ਉਹੀ ਸਾਡੇ ਵਾਸਤੇ ਬਲੈਸਿੰਗ ਹੈ। ਤੁਸੀਂ ਸੀਰੀਅਸ ਐਕਟਿੰਗ ਕੀਤੀ ਆ, ਉਹ ਬਹੁਤ ਲਾਜਵਾਬ, ਵਧੀਆ ਲੱਗੀ ਜੀ, ਬਹੁਤ ਸ਼ੁਕਰ ਸ਼ੁਕਰ। ਮੈਂ ਅਸਲੀ ਗੱਲ ਦੱਸਾਂ, ਰਾਣਾ ਰਣਵੀਰ ਕਰਦਾ ਸੀ ਆਪਣਾ, ਰਾਣਾ ਰਣਵੀਰ ਉਦੋਂ ਇੱਕ ਕੰਪਨੀ ਆਈ ਸੀ ਰਾਣਾ ਰਣਵੀਰ ਤੋਂ, ਅਸੀਂ ਭੱਜਣ ਲੱਗ ਗਏ ਸੀ, ਅਸੀਂ ਫਰੈਂਡ ਸੀਗੇ, ਮੈਂ ਕਿਹਾ ਯਾਰ ਉਹ ਗੱਲ ਨਾ ਕਰੀ, ਉਹਨਾਂ ਨੇ ਬੜੇ ਨਰੇਸ਼ ਕਥੂਰੀਆ ਹੈ ਨਾ, ਇਹ ਸਾਰੇ ਲੋਕ ਉਦੋਂ ਕਰਦੇ ਸੀਗੇ, ਕੰਪਨੀ ਚੱਲੀ ਸੀ, ਕੰਪਨੀ ਦਾ ਨਾਂ ਨਹੀਂ ਲੈਣਾ, ਕੰਪਨੀ ਪ੍ਰਮੋਟ ਨਹੀਂ ਕਰਨੀ, ਸੋ ਇਹ ਵੀਰੇ ਆਪਣੇ ਨਾ ਸਮਾਜ ਦੇ ਵਿੱਚ ਇਹ ਜਿਹੜੀ ਕੰਪਨੀ ਵਾਲੀ ਗੱਲ ਆ, ਇਹ ਤੋਂ ਲੈ ਕੇ ਬਹੁਤ ਹਾਸਾ ਮਜ਼ਾਕ ਹੁੰਦਾ ਆ, ਸੋਚਦੇ ਸੀਗੇ ਵੀ ਯਾਰ ਪੰਜਾਬੀ ਫਿਲਮ, ਮਤਲਬ ਫਿਲਮਾਂ ਕਿਉਂ ਨੀ ਬਣਾਉਂਦੇ, ਇੰਨਾ ਕੰਟੈਂਟ ਪਿਆ ਆ, ਜੀ ਜੀ ਜੀ, ਤੁਸੀਂ ਉਹ ਵੀ ਬਣਾਤਾ, ਮਤਲਬ ਸ਼ੁਕਰ ਵੀਰੇ, ਬਹੁਤ ਗੱਲ ਇਹ ਆ ਵੀ ਤੁਸੀਂ ਦੇਖਿਆ ਹੋਣਾ ਵੀ 4-5 ਸਾਲ ਪਹਿਲਾਂ ਇੱਕ ਕੋਰੋਨਾ ਵਾਇਰਸ ਆਇਆ ਸੀ ਨਾ, ਉਹ ਬਹੁਤ ਵਧੀਆ ਸੀਗਾ, ਠੰਡਾ ਹੋ ਗਿਆ ਸੀ ਬਹੁਤ, ਉਵੇਂ ਹੁਣ ਜੱਗੀ ਤੂਰੀ ਵੱਡਾ ਹੋਈ ਜਾਂਦਾ, ਉਹ ਭਰਾ ਲਈ ਤਾਂ ਯਾਰ ਖਾਸ ਤੌਰ 'ਤੇ ਤਾੜੀਆਂ, ਕਿਉਂਕਿ ਨਾ ਜਦੋਂ ਕੋਈ ਨਵੀਂ, ਅਸੀਂ ਵੀ ਕਿਸੇ ਵਾਸਤੇ ਕਦੇ ਨਵੇਂ ਸੀਗੇ, ਉਹ ਵੀਰ ਨੇ ਹੁਣ ਤੋਂ ਕੰਮ ਸਟਾਰਟ ਕੀਤਾ, ਅਤੇ ਭਾਵਨਾ ਜੀ ਦੀ ਦੂਜੀ ਫਿਲਮ ਹੈ, ਇਹਨਾਂ ਲਈ ਜ਼ਿਆਦਾ ਗੁੱਡ ਲੱਕ, ਅਤੇ ਸਾਡੀ ਇੰਡਸਟਰੀ 'ਚ ਆਉਣ ਲਈ ਵੈਲਕਮ, ਇਹਨਾਂ ਦਾ ਬਹੁਤ ਸਵਾਗਤ, ਬਹੁਤ ਤਰੱਕੀ ਕਰਨ, ਬਹੁਤ ਸਾਰੀਆਂ ਦਵਾਵਾਂ ਇਹਨਾਂ ਲਈ, ਬਾਬਾ ਇੰਨਾ ਕਰੇ ਇਹਨਾਂ ਨੂੰ ਵੀ ਇਹਨਾਂ ਕੋਲ ਟਾਈਮ ਨਾ ਹੋਵੇ, ਜੇ ਅਸੀਂ ਉਹ ਮੰਗੀਏ ਸਾਡੇ ਵਾਸਤੇ ਟਾਈਮ ਨਾ ਹੋਵੇ, ਬਾਬਾ ਐਡੇ ਵੱਡੇ ਕਰੇ ਇਹਨਾਂ ਦੋਨਾਂ ਨੂੰ ਹੈ ਨਾ, ਅਤੇ ਜੱਗੀ ਨੇ ਕਮਾਲ ਕਰਤੀ, ਜੱਗੀ ਥੀਏਟਰ ਦੇ ਵਿੱਚੋਂ ਮੇਰਾ ਉਹਦਾ ਜੂਨੀਅਰ ਭਰਾ ਹੈ ਜੀ ਮੇਰਾ, ਪਰ ਡਾਕਟਰੇਟ ਕੀਤੀ ਹੋਈ ਹੈ, ਟ੍ਰੇਨ ਡਾਕਟਰ ਹੈਗਾ ਇੱਕ, ਹੈ ਨਾ, ਤਾਂ ਤਾੜੀ ਜੱਗੀ ਵਾਸਤੇ। ਦੇਖੋ ਜਿੱਦਾਂ ਬੀਨੂ ਜੀ ਕਹਿ ਰਹੇ ਸੀਗੇ, ਸਮੀਪ ਕੰਗ ਜੀ ਨੇ ਕੈਰੀ ਔਨ ਜੱਟਾ ਬਣਾਈ ਸੀਗੀ, ਪਹਿਲੀ, ਦੂਸਰੀ, ਤੀਸਰੀ, ਔਰ ਜਦੋਂ ਵੀ ਅਸੀਂ ਕੋਈ ਕਾਮੇਡੀ ਫਿਲਮ ਦੀ ਗੱਲ ਕਰਦੇ ਹਾਂ ਤਾਂ ਮਾਈਲ ਸਟੋਨ ਕੈਰੀ ਔਨ ਜੱਟਾ ਹੀ ਹੈ। ਉਸ ਫਿਲਮ ਤੋਂ ਬਾਅਦ ਇਹ ਜਿਹੜੀ ਫਿਲਮ ਹੈ ਜਿਉਂਦੇ ਰਹੋ ਭੂਤ ਜੀ, ਮੈਨੂੰ ਲੱਗਿਆ ਹੈ ਕਿ ਇਹ ਉਹਦਾ ਜੁੜਵਾਂ ਭਰਾ ਹੈ।
ਆਪਦੇ ਵਾਸਤੇ ਅਰਦਾਸ ਕਰੀਦੇ ਨਾ, ਸਮੀਪ ਬਾਈ ਵਾਸਤੇ ਜ਼ਿਆਦਾ ਅਰਦਾਸ ਕਰੀਦੀ ਹੈ ਵੀ ਉਹ ਉਹਨੂੰ ਬਾਬਾ ਬਹੁਤ ਭਾਗ ਲਾਵੇ, ਸਾਡੀ ਇੰਡਸਟਰੀ ਨੂੰ, ਸਾਡੀ ਜ਼ਬਾਨ ਨੂੰ ਹੋਰ ਵੱਡਾ ਕਰਨ ਵਾਲਾ ਉਹ ਇਨਸਾਨ ਹੈ। ਉਹ ਜ਼ਿਆਦਾ ਹੈ, ਹੁਣ ਵੀ ਮੈਨੂੰ ਕਹਿੰਦੇ ਸੀ, ਹੁਣ ਵੀ ਮੈਂ ਸਮੀਪ ਕੰਗ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਦੋਂ, ਤੇ ਉਦੋਂ ਹੀ ਜਾਰੀ ਜਾਰੀ ਮੇਰਾ ਇੱਕ ਛੋਟੀ ਜਿਹੀ ਗੱਲ ਸੀ, ਪਹਿਲਾਂ ਭਾਵਨਾ ਹੀ ਬੈਠਣ ਲੱਗੇ, ਭਾਵਨਾ ਹੀ ਨਾ ਆਪਦਾ ਛੱਡ ਕੇ ਉਹਨਾਂ ਨੂੰ ਬਿਠਾਉਣ ਲੱਗੇ ਇੱਥੇ, ਮੈਂ ਕਿਹਾ ਮੈਂ ਡਾਇਰੈਕਟਰ ਨਾਲ ਮੂਵੀ ਦੇਖਣੀ ਨਹੀਂ, ਮੈਂ ਤਾਂ ਹੀਰੋਇਨ ਨਾਲ ਦੇਖਣੀ ਹੈ, ਅਤੇ ਮੈਂ ਕਿਹਾ ਤੁਸੀਂ ਪਰਾਂ ਚੱਲੋ, ਮੈਂ ਉੱਠ ਗਈ ਹਾਂ ਨਾ, ਅਤੇ ਅੱਧੀ ਮੂਵੀ ਬਣੀ, ਮੈਂ ਕਿਹਾ ਭਾਅ ਜੀ ਬਣ ਬਣਾ ਤਾਂ ਤੁਸੀਂ ਠੀਕ ਲੈਂਦੇ ਹੋ ਹੈ ਨਾ, ਉਹ ਬੌਂਡਿੰਗ ਸਾਡੇ ਆਪਣੇ 'ਚ ਪਿਆਰ, ਭਰਾਵਾਂ ਵਾਲਾ ਪਿਆਰ ਹੈ ਨਾ, ਉਹ ਮੁਹੱਬਤ ਬਾਬਾ ਇੱਦਾਂ ਹੀ ਬਣਾ ਕੇ ਰੱਖੇ ਹੈ ਨਾ, ਤਾਂ ਔਰ ਉਹਨਾਂ ਨੂੰ ਇੱਦਾਂ ਹੀ ਬਾਬਾ ਉਹਨਾਂ ਦੇ ਦਿਮਾਗ 'ਤੇ ਇੱਦਾਂ ਹੀ ਕਿਰਪਾ ਕਰ, ਮੈਨੂੰ ਤਾਂ ਲੱਗਦਾ ਵੀ ਸਾਨੂੰ ਸਾਰੀ ਇੰਡਸਟਰੀ ਨੂੰ ਉਹਨਾਂ ਦੇ ਸਿਰ 'ਤੇ ਹੈਲਮਟ ਪਾ ਦੇਣਾ ਚਾਹੀਦਾ, ਸੱਟ ਸੁੱਟਣਾ ਲੱਗ ਜਾਏ ਕਿਤੇ ਹੈ ਨਾ, ਇੰਨੀ ਵਧੀਆ ਸੋਚ ਆ ਉਹਨਾਂ ਦੀ, ਕਾਮੇਡੀ ਦੀ ਇੰਨੀ ਸੈਂਸ ਹੈ, ਕੋਈ ਜੇ ਕੋਈ ਇੱਕ ਪੰਚ ਅਸੀਂ ਆਪਣੇ ਕੋਲ ਲਾਈਏ ਤਾਂ ਇੱਕ ਸਕਿੰਟ ਸੋਚ ਕੇ ਉਹ ਕਹਿ ਦਿੰਦੇ ਕਰੇਗਾ ਜਾਂ ਨਹੀਂ ਕਰੇਗਾ, ਨਹੀਂ ਕਰੇਗਾ। ਯੈਸ ਕਮਾਲ ਉਹਨਾਂ ਦਾ, ਸਾਨੂੰ ਪਤਾ ਹੀ ਲੱਗਿਆ ਵੀ ਜਿਵੇਂ ਨੋਰਮਲ ਗੱਲ ਕਰਦੇ ਆਪਾਂ ਹਾਂ ਆਪਸ ਦੇ ਵਿੱਚ, ਉਹਦੇ ਵਿੱਚ ਉਹ ਸੁਨੀਲ ਭਾਜੀ ਕਰ ਲੈਂਦੇ ਆ ਪੰਚ, ਤਾਂ ਤੁਸੀਂ ਕਦੇ ਮਤਲਬ ਆਪਣੀ ਕੋਈ ਫੀਸ ਜਮਾ ਲਾਉਣ ਲੱਗੇ ਹੋ, ਮਤਲਬ ਵੀ ਅੱਜ ਸਾਡੇ ਨਾਲ ਬਹਿਣਾ ਆ ਤਾਂ ਇੰਨੀ ਰਕਮ ਜਮਾ ਕਰਾਓਗੇ? ਨਹੀਂ ਨਹੀਂ, ਟੋਟੈਲਿਟੀ ਦੇ ਵਿੱਚ ਨਾ ਟੱਬਰ ਇਕੱਠਾ ਹੁੰਦਾ, ਟੱਬਰ ਦੇ ਟੱਬਰ ਨੇ ਉਹ ਰੱਖਿਆ ਹੁੰਦਾ ਇੱਕ ਵੀ ਇੱਕ ਸਾਰਿਆਂ ਨੂੰ ਸਾਈਨ ਕਰਨ ਲਈ ਇੱਕ ਟੱਬਰ ਬਣ ਗਿਆ ਨਾ, ਮਾਲਾ ਬਾਈ ਜੀ ਬਣਾਉਂਦੇ ਨੇ ਸਾਡੇ ਸਮੀਪ ਕੰਗ ਸਾਹਿਬ, ਅਸੀਂ ਮਣਕੇ ਹਾਂ, ਜਦੋਂ ਸਾਰਾ ਟੱਬਰ ਇੱਕ ਮਾਲਾ ਬਣ ਜਾਂਦਾ ਜੀ, ਫਿਰ ਉਹਨਾਂ ਦੀ ਇਹ ਖਾਸੀਅਤ ਹੈ, ਮੈਨੂੰ ਜਿਹੜੀ ਲੱਗਦੀ ਹੈ ਖਾਸੀਅਤ ਕੀ ਹੈ ਉਹਨਾਂ ਦੀ, ਕੋਈ ਵੀ ਸੀਨ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬਿਠਾ ਕੇ ਨਰੇਟ ਕਰਦੇ ਨੇ ਅਤੇ ਇੰਪਰੋਵਾਈਜ਼ ਕਰਾਉਂਦੇ ਨੇ, ਵਿੱਚ ਕੀ ਹੋਰ ਨਿਕਲ ਸਕਦਾ, ਕੀ ਹੋਰ ਨਿਕਲ ਸਕਦਾ, ਜਿਹੜੀ ਗੱਲ ਗੁੱਡ ਹੋਵੇ ਉਹਦੇ ਪਿੱਛੇ ਦੁਬਾਰਾ ਵੀ ਰੀਸ਼ੂਟ ਕਰ ਲੈਂਦੇ ਨੇ, ਕਹਿੰਦੇ ਨਹੀਂ ਇਹ 'ਚ ਹਾਸਾ ਭਾਅ ਜੀ ਆਪਾਂ ਦੁਬਾਰੇ ਪਾਈਏ, ਤਾਂ ਉਹਨਾਂ ਦੇ ਸਦਕੇ, ਉਹਨਾਂ ਦੇ ਉਹ ਕੋਈ ਫਸੀ ਡਾਇਰੈਕਟਰ ਨਹੀਂ ਹੈਗੇ ਵੀ ਜੋ ਹਮਨੇ ਬੋਲ ਦਿਆ ਉਹੀ ਹੋਊਗਾ, ਉਹ ਨਹੀਂ ਹੈਗਾ, ਨਾ ਨਾ ਉਹਨਾਂ, ਉਹ ਤਾਂ ਇੰਨੇ ਰਿਲੈਕਸ, ਕਿਸੇ ਦੀ ਵੀ ਮੰਨ ਲੈਂਦੇ ਨੇ, ਕੋਈ ਛੋਟਾ ਕੋਈ ਵੱਡਾ, ਸਾਰੇ ਇੱਕ ਬਰਾਬਰ ਹੁੰਦੇ ਆ ਉਹਨਾਂ ਦੇ ਸੈੱਟ 'ਤੇ, ਇਹ ਖਾਸੀਅਤ ਉਹਨਾਂ ਦੀ, ਸਾਰੇ ਇੱਕੋ ਜਿਹੀ ਰੋਟੀ ਖਾਂਦੇ ਆ, ਇੱਕੋ ਥਾਵੇਂ ਬੈਠਦੇ ਆ, ਅਤੇ ਸਦਕੇ ਮੇਰੇ ਭਰਾ ਦੇ ਬਾਬਾ ਇੱਦਾਂ ਹੀ ਰੱਖੇ ਇਹਨਾਂ ਨੂੰ ਸਾਰੀ ਉਮਰ, ਹੁਣ ਤਾਂ ਖੈਰ ਕੀ ਵਿਗੜਨਾ ਐਡੀ ਐਡੀਆਂ ਫਿਲਮਾਂ ਦੇ ਕੇ, ਭਾਜੀ ਪਰਲਾ ਵੀ ਹੋ ਅੱਲਾ ਵੀ ਹੋ, ਸੱਚੀ ਕਹਿੰਦਾ ਭਾਜੀ ਬਹੁਤ ਬਹੁਤ ਕਾਮੇਡੀ ਫਿਲਮ ਆ ਨਾ ਇਹ ਤਾਂ, ਔਰ ਭਾਵਨਾ ਜੀ ਦਾ ਇੱਕ ਡਾਇਲੋਗ ਆ ਵੀ ਮੈਂ ਹੁਣ ਆਪਣੇ ਮਾਂ ਪਿਓ ਦਾ ਖੋਜ ਚੁੱਕੀ ਆ ਪਰ ਤੈਨੂੰ ਨਹੀਂ ਖੋਣਾ ਚਾਹੁੰਦੀ ਹੈ ਨਾ, ਉਹ ਵਾਲੇ ਡਾਇਲੋਗ ਦੇ ਬਾਰੇ ਕਿੰਨਾ ਸਵਾਲ ਆਇਆ ਇਹਨਾਂ ਦੇ, ਪਤਾ ਮੰਮੀ ਆਏ ਹੋਏ ਨੇ, ਮੈਂ ਬੋਲ ਨਹੀਂ ਸਕਦਾ, ਮੰਮੀ ਵੀ ਨਾਲ ਹੀ ਨੇ ਇੱਥੇ ਨੇੜੇ ਤੇੜੇ, ਅਤੇ ਬਾਬਾ ਜੀ ਬਹੁਤ ਵਧੀਆ ਲੱਗਿਆ, ਓਬੀਅਸਲੀ ਭਾਵਨਾ ਜੀ ਬਹੁਤ ਟੈਲੈਂਟਡ ਨੇ ਔਰ ਸਭ ਤੋਂ ਵੱਡੀ ਬਹੁਤ ਸੋਹਣੀ ਕੁੜੀ ਹੈ ਹੈ ਨਾ, ਤਾਂ ਤੁਹਾਡੇ 'ਚ ਨਾ ਐਪਰੀਸ਼ੀਏਟ ਕਰਨ ਦਾ ਜਿਗਰਾ ਚਾਹੀਦਾ ਹੁੰਦਾ, ਕਿਸੇ ਨੂੰ ਦੂਜੇ ਨੂੰ ਕੋਈ ਐਪਰੀਸ਼ੀਏਟ ਕਰਦਾ ਹੀ ਨਹੀਂ, ਉਹਦੇ ਵਾਸਤੇ ਜਿਗਰਾ ਚਾਹੀਦਾ ਹੁੰਦਾ, ਤੋ ਇਹਨਾਂ ਦੀ ਬਿਊਟੀ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ, ਔਰ ਸਾਡੀ ਇੰਡਸਟਰੀ ਕੋਲ ਇੰਨੀ ਬਿਊਟੀਫੁਲ ਕੁੜੀ ਆਈ ਹੈ, ਸੋ ਤੁਹਾਡਾ ਵੈਲਕਮ ਐਂਡ ਬਹੁਤ ਸਾਰੀਆਂ ਮੁਬਾਰਕਾਂ। ਆਈ ਡੋਂਟ ਥਿੰਕ ਸੋ ਮੈਂ ਇੰਨਾ ਡਿਜ਼ਰਵ ਕਰਦੀ ਹਾਂ ਜਿੰਨਾ ਸਰ ਨੇ ਬੋਲਿਆ, ਐਂਡ ਸਮੀਪ ਸਰ, ਬੀ ਐਨ ਸ਼ਰਮਾ ਸਰ, ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ, ਇਟ ਇਜ਼ ਅ ਡ੍ਰੀਮ, ਇਹਨਾਂ ਨੂੰ ਨਹੀਂ ਛੱਡਣਾ, ਇਹਨਾਂ ਦਾ ਨਾਮ ਸਭ ਤੋਂ ਪਹਿਲੇ, ਅਤੇ ਇਹਨਾਂ ਨਾਲ ਸਕਰੀਨ ਸ਼ੇਅਰ ਕਰਨਾ ਸਾਰਿਆਂ ਦੇ ਨਾਲ, ਆਈ ਡੋਂਟ ਥਿੰਕ ਸੋ ਮੈਂ ਡਿਜ਼ਰਵ ਵੀ ਕਰਦੀ ਸੀ, ਬਟ ਆਈ ਐਮ ਸੋ ਬਲੈਸਡ ਕਿ ਮੈਨੂੰ ਇਹ ਚਾਂਸ ਮਿਲਿਆ, ਸਪੈਸ਼ਲ ਥੈਂਕਸ ਸਰ, ਥੈਂਕ ਯੂ ਸੋ ਮੱਚ, ਐਂਡ ਇੰਨਾ ਗ੍ਰੈਟ, ਲਾਈਕ ਮੈਨੂੰ ਇਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਕੁਛ ਵੀ, ਲਾਈਕ ਸੈੱਟ 'ਤੇ ਵੀ ਇੰਨਾ ਵਧੀਆ ਮਾਹੌਲ ਸੀਗਾ, ਜਿੰਨੀ ਇਹ ਤਾਰੀਫ ਕਰ ਦਿੰਦੇ ਮੈਨੂੰ, ਆਈ ਡੋਂਟ ਥਿੰਕ ਸੋ ਆਈ ਡਿਜ਼ਰਵ ਇਟ। ਸਟਾਰਟਿੰਗ ਦੇ ਵਿੱਚ ਨਰਵਸਨੈਸ ਸੀਗੀ, ਮਤਲਬ ਵਧੀਆ ਤਾਂ ਬਹੁਤ ਲੱਗ ਰਿਹਾ ਸੀ, ਬਟ ਅੱਜ ਤਾਂ ਇੰਨਾ ਇੱਕ ਵਧੀਆ ਲੱਗ ਰਿਹਾ ਨਾ ਸਕਰੀਨ 'ਤੇ ਦੇਖ ਕੇ ਵੀ, ਫਾਈਨਲੀ ਇੰਨੇ ਮਿਹਨਤ ਕਰ ਰਹੇ ਸੀ, ਲਾਈਕ ਕੋਵਿਡ ਦੇ ਟਾਈਮ ਤੋਂ ਸ਼ੁਰੂ ਹੋਈ ਸੀ, ਫਾਈਨਲੀ ਅੱਜ ਰਿਜ਼ਲਟ ਸਾਹਮਣੇ ਹੈ, ਅਤੇ ਆਈ ਐਮ ਸ਼ੋਰ ਆਡੀਅੰਸ ਵਿਲ ਲਵ ਇਟ ਗਾਈਜ਼, ਗੋ ਵਾਚ ਇਟ ਆਊਟ। ਜੇ ਤੁਹਾਨੂੰ ਨਾ ਮਜ਼ਾ ਆਇਆ ਨਾ, ਮਾਰਕ ਮਾਈ ਵਰਡਸ ਦੈਟ ਯੂ ਵਿਲ ਲਵ ਦਿਸ ਫਿਲਮ ਫੋਰ ਸ਼ੋਰ। ਇਸ ਲਈ ਫਟਾਫਟ ਸਾਰੇ ਜਾਓ, ਫਰੈਂਡਸ ਨੂੰ ਲੈ ਕੇ, ਰਿਲੇਟਿਵਸ ਨੂੰ ਜਾ ਕੇ, ਇਹਨੂੰ ਸੁਪਰ ਡੁਪਰ ਹਿੱਟ ਬਣਾ ਦਿਓ। ਅਸੀਂ ਕੋਵਿਡ ਦੇ ਦੌਰਾਨ ਸ਼ੁਰੂ ਕੀਤੀ ਸੀ, ਜਿੱਦਾਂ ਭਾਵਨਾ ਜੀ ਨੇ ਕਿਹਾ, ਤਾਂ ਕੋਵਿਡ ਦੇ ਵਿਚਾਲੇ ਬੰਦ ਕਰਤੀ ਸੀ,
ਪਤਾ ਕਿਉਂ ਬੰਦ ਕੀਤੀ ਸੀ? ਭਾਜੀ ਕਹਿੰਦੇ ਦੇਖ ਲੈਂਦੇ ਵੀ ਆਪਣੇ ਜੋ ਇੱਕ ਤਾਂ ਫੁੜਕਦਾ ਤਾਂ ਨਹੀਂ ਹੈਗਾ, ਜਦੋਂ ਇਹਨੇ ਅੱਛਾ ਸਾਰੇ ਬਚ ਗਏ ਹੈ ਫਿਰ ਬਣਾਈ ਦੁਆਰੇ, ਕਹਿੰਦੇ ਆ ਜਾਓ ਬਣਾਓ ਸਾਰੇ ਪਿੰਜਰੇ ਦੇ ਗੱਡੇ ਫਿਰ ਆਪਾਂ ਬਣਾਏ। ਇਤਿਹਾਸ ਹੋ ਗਿਆ ਲੱਗਣ ਲੱਗ ਗਿਆ ਮਤਲਬ ਫਿਲਮ ਦੇਖਣ ਤੋਂ ਬਾਅਦ, ਹਾਂਜੀ ਮਤਲਬ ਇਹ ਕਹਾਂਗੇ ਵੀ ਇਤਿਹਾਸ ਪੜ੍ਹਨਾ ਚਾਹੀਦਾ। ਨਹੀਂ ਪਤਾ ਕੀ ਜ਼ਿਕਰ ਹੈ, ਇਤਿਹਾਸ ਤੁਸੀਂ ਨਾ, ਮੈਂ ਪੰਜਾਬੀ ਮੈਂ ਹੀ ਪੜ੍ਹ ਲਿਆ ਨਹੀਂ ਪਰ ਜਿਉਂਦੇ ਰਹੋ। ਪਰ ਦੇਖੋ ਕਲਾ ਜਿਹੜੀ ਹੈਗੀ ਹੈ ਨਾ ਜੀ, ਕਲਾ ਮੈਂ ਤੁਹਾਨੂੰ ਭਾਜੀ ਦਾ ਕੰਮ ਸਾਡੇ ਸਾਰਿਆਂ ਨਾਲੋਂ ਘੱਟ ਹੈ, ਟਾਈਮਿੰਗ ਘੱਟ ਮਿਲੀ ਹੈ ਇਹਦੇ ਵਿੱਚ, ਪਰ ਜੋ ਕਲਾਕਾਰ ਹੁੰਦਾ ਇੱਕ ਵਾਰੀ ਭਾਜੀ ਨੇ ਜੋ ਚਿੱਬ ਕੱਢੇ ਆ ਭਾਜੀ, ਕਿਆ ਬਾਤ ਹੈ ਭਾਜੀ, ਸਲਿਊਟ ਆ ਤੁਹਾਨੂੰ ਭਾਜੀ। ਭਾਜੀ ਦੀ ਐਕਟਿੰਗ ਕਲਾ ਦੇਖਣ ਵਾਲੀ ਹੈ, ਮਾਣੋਗੇ ਤੁਸੀਂ ਉਹਨੂੰ ਸਿਨੇਮੇ ਵਿੱਚ। ਪਰ ਜੋ ਬਰੀਕੀਆਂ ਦੇਖੋ ਨਾ ਤੁਹਾਡੇ ਤੁਹਾਡੇ ਅੰਦਾਜ਼ੇ ਬਿਆਨ ਦੇ ਵਿੱਚ, ਤੁਸੀਂ ਜੋ ਲਫ਼ਜ਼ਾਂ ਵਿੱਚ ਪਰੋਇਆ, ਕਮਾਲ ਕਰਤੀ ਭਾਜੀ। ਆਪਾਂ ਜਿਹੜਾ ਵੀ ਕਰਮ ਕਰ ਰਹੇ ਹਾਂ, ਜਿਹੜਾ ਕਰਮ ਕਰਦੇ ਹਾਂ, ਉਹਨੇ ਸਾਨੂੰ ਰੋਜੀ ਰੋਟੀ ਲਾਇਆ ਹੋਇਆ, ਉਹਦੇ ਪ੍ਰਤੀ ਸਾਰੇ ਤੁਹਾਡੀ ਵੀ ਇਮਾਨਦਾਰੀ ਹੈ, ਸਾਡੀ ਵੀ ਵੀਰੇ ਇਮਾਨਦਾਰੀ ਹੈ, ਕੋਈ ਵੀ ਨਹੀਂ ਚਾਹੁੰਦਾ ਆਪਾਂ ਮਾੜਾ ਕਰਮ ਕਰੀਏ। ਆਪਦੇ ਵੱਲੋਂ ਹਮੇਸ਼ਾ ਹੀ ਸਾਰੀਆਂ ਫਿਲਮਾਂ ਹੀ ਵਧੀਆ ਬਣਾਉਂਦੇ ਹਾਂ, ਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਕਿਸੇ ਦੇ ਭਾਗ ਖੁੱਲ੍ਹ ਜਾਂਦੇ ਆ। ਸੋ ਅਸੀਂ ਸਾਰੇ ਬਲੈਸ ਹਾਂ, ਤੁਹਾਡੀਆਂ ਦੁਆਵਾਂ ਨੇ ਸਾਰਿਆਂ ਦੇ, ਤੁਹਾਡੀਆਂ ਦੁਆਵਾਂ ਨੇ ਵੀ ਵੀਰ ਤਰੱਕੀ ਕਰ ਰਹੇ, ਇਹਦੀ ਵੀ ਚੱਲੇ ਜੇ ਯਾਰ, ਹੈ ਨਾ, ਸਾਡੇ ਐਵੇਂ ਬਾਬਾ ਕਿਰਪਾ ਕਰੇ, ਤੁਹਾਨੂੰ ਵਧੀਆ ਲੱਗੀ ਤਾਂ ਬਹੁਤ ਸ਼ੁਕਰੀਆ ਤੁਹਾਡਾ। ਆਡੀਅੰਸ ਨਾਲ ਵੀ ਅਸੀਂ ਸੰਸੀਅਰ ਹੈ, ਜਦੋਂ ਵੀ ਕੋਈ ਕੰਮ ਮਿਲਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਰੈਪੂਟੇਸ਼ਨ ਬਣੀ ਹੋਈ ਹੈ ਆਡੀਅੰਸ ਦੀ ਨਿਗਾਹ 'ਚ ਉਹ ਬਣੀ ਰਹੇ। ਅੱਜ ਇੱਕ ਬੜੀ ਵਧੀਆ ਗੱਲ ਸੀ, ਅਸੀਂ ਦੋਨੇ ਤੁਰੇ ਆਉਂਦੇ ਸੀ, ਬਾਂਹ ਫੜੀ ਹੋਈ ਮੈਂ ਭਾਜੀ ਦੀ, ਭਾਜੀ ਨੇ ਇੱਕ ਸਹਿਜੀ ਇੱਕ ਗੱਲ ਕੀਤੀ, ਕਹਿੰਦੇ ਬਾਬਾ ਇੱਜ਼ਤ ਰੱਖ ਲੈ ਯਾਰ, ਸੌ ਲੱਗੇ ਬਾਹਰ, ਇੱਕ ਵਾਰ ਡਰ ਹੁੰਦਾ, ਡਰ ਹੁੰਦਾ, ਡਰ ਹੁੰਦਾ। ਹਾਂ ਵਧੀਆ, ਸ਼ੁਕਰ ਸ਼ੁਕਰ ਵਾਹਿਗੁਰੂ ਦਾ। ਪਰ ਨਹੀਂ ਸਾਨੂੰ ਅਸੀਂ ਕੌਨਫੀਡੈਂਟ ਹਾਂ ਹੁਣ, ਸਾਨੂੰ ਐਂ ਵੀ ਜਾ ਕੇ ਦੇਖੋਗੇ ਤਾਂ ਬਹੁਤ ਵਧੀਆ। ਦੇਖੋ ਚੱਲਣਾ ਜਿਵੇਂ ਮਰਜ਼ੀ ਹੋ, ਵਾਹਿਗੁਰੂ ਨੇ ਲੱਗੇ ਨੇ, ਨੰਬਰਸ ਕੀ ਆਉਂਦੇ ਨੇ, ਡਾਟਾਸ ਕੀ ਆਉਂਦੇ ਨੇ, ਭਾਈ ਵੀ ਆਰ ਹੈਪੀ, ਸਾਨੂੰ ਆਪਣੇ ਕੰਮ 'ਤੇ ਮਾਣ ਹੈ। ਹਾਂ ਸਾਡੇ ਸਾਨੂੰ ਆਪਣੇ ਕੰਮ 'ਤੇ ਮਾਣ ਹੈ ਵੀ ਅਸੀਂ ਵਧੀਆ ਕੰਮ ਕੀਤਾ ਹੈ, ਇਸ ਵਾਰੀ ਅੱਖਾਂ ਨੀਵੀਆਂ ਕਰਨ ਵਾਲੀ ਲੋੜ ਨਹੀਂ ਹੈਗੀ। ਬਹੁਤ ਸ਼ੁਕਰ ਹੈ ਵਾਹਿਗੁਰੂ, ਟੀਚਰ ਨਾਲ ਸਮੀਪ ਭਾਜੀ ਲਾਊਡ ਹੀ ਬੋਲਣਗੇ, ਭਾਜੀ ਬੋਲੋ ਕੁਛ। ਮੈਨੂੰ ਤਾਂ ਮਾਹੌਲ ਹੀ ਇੰਨਾ ਵਧੀਆ ਲੱਗ ਰਿਹਾ, ਫਿਲਮਾਂ ਬਣਾਈਆਂ ਨੇ ਅੱਜ ਕਿੰਨੇ ਸਾਲ ਹੋ ਗਏ, 26 ਸਾਲ ਤਾਂ ਮੈਨੂੰ ਹੀ ਹੋ ਗਏ ਲਾਈਨ ਦੇ ਅੰਦਰ, ਇਹੋ ਜਿਹਾ ਮਾਹੌਲ ਨਹੀਂ ਦੇਖਿਆ। ਕਿਆ ਬਾਤ ਹੈ, ਕਿਆ ਬਾਤ ਹੈ, ਇੰਨਾ ਵਧੀਆ ਲੱਗ ਰਿਹਾ ਨਾ, ਇਹ ਲੱਗਦਾ ਫੈਮਿਲੀ 'ਚ ਬੈਠੇ, ਦਿਸ ਇਜ਼ ਅ ਫੈਮਿਲੀ। ਹਾਂ ਜੀ, ਹਾਂ ਜੀ, ਸਾਰੇ ਹੈ ਨਾ ਜੀ, ਤੇ ਵੀਰੇ ਬਾਤ ਆ ਰਿਹਾ, ਬਾਕੀ ਰਿਸਪੌਂਸ ਜਿਹੜਾ ਦੇਖ ਕੇ ਆ ਆਪਣੇ ਬੱਚਿਆਂ ਨਾਲ। ਔਰ ਦੇਖੋ ਤੁਸੀਂ ਵੱਡੀ ਗੱਲ, ਜਿਵੇਂ ਭਾਜੀ ਨੇ ਦੱਸੀ ਵੀ ਅਸੀਂ ਪੰਚ ਕ੍ਰੀਏਟ ਕਰਦੇ ਹਾਂ, ਕੋਈ ਇੱਕ ਵੀ ਬਲਗਰ ਡਾਇਲੋਗ ਲੱਗਿਆ ਵਿੱਚੋਂ, ਤੁਹਾਨੂੰ ਐਂ ਲੱਗਿਆ ਵੀ ਕਿਸੇ ਨੂੰ ਉੱਠ ਕੇ ਜਾਣਾ ਚਾਹੀਦਾ ਜਾਂ ਅੱਖਾਂ ਨੀਵੀਆਂ, ਇਹ ਗੱਲ ਦਾ ਖਾਸ ਖਿਆਲ ਰੱਖਦੇ ਨੇ ਭਾਜੀ ਸਦਕੇ, ਭਾਜੀ ਦੇ ਸਾਨੂੰ ਇੰਨਾ ਉਹ ਦੱਸਦੇ ਨੇ ਵੀ ਆਪਾਂ ਇੱਦਾਂ ਵਲਗੈਰਿਟੀ ਤੋਂ ਬਿਨਾਂ ਵੀ ਅੱਛੀ ਕਮੇਡੀ ਕਰ ਸਕਦੇ, ਹੈਲਦੀ ਕਮੇਡੀ ਕਰ ਸਕਦੇ ਹਾਂ। ਸੋ ਟੀਚਰਾਂ ਨਾਲ ਤੁਹਾਨੂੰ ਖਾਸਾ ਪਿਆਰ ਲੱਗਦਾ, ਪਹਿਲਾਂ ਵੀ ਫਿਲਮ ਵੇਖ ਦੋ ਜਿਵੇਂ ਟੀਚਰ ਦਾ ਨਾਲ ਤੁਹਾਨੂੰ ਪਿਆਰ ਹੋ ਜਾਂਦਾ, ਤੁਸੀਂ ਵਰਡ ਆਫ ਮਾਊਥ ਸਪਰੈਡ ਕਰੋ ਤਾਂ ਕਿ ਸਾਰੇ ਜਾਣੇ ਆਪਣੇ ਪਰਿਵਾਰ ਨਾਲ ਜਾਣ ਔਰ ਵੀਕਐਂਡ ਸੈਲੀਬ੍ਰੇਟ ਕਰਨ ਜਾਣ। ਬਹੁਤ ਵਧੀਆ ਲੱਗੀ ਹੈ ਜੀ, ਮਤਲਬ ਮੈਨੂੰ ਲੱਗਦਾ ਕਿ ਨਵਾਂ ਜਾਨਰ ਹੈ ਕਾਮੇਡੀ ਦੇ ਵਿੱਚ, ਹਾਰਰ ਕਾਮੇਡੀ ਪਹਿਲੀ ਵਾਰ ਪੰਜਾਬੀ ਸਿਨੇਮਾ 'ਚ ਆਈ ਹੈ ਔਰ
ਵਰਲਡ ਕਲਾਸ ਫਿਲਮ। ਥੈਂਕ ਯੂ ਭਾਜੀ, ਥੈਂਕ ਯੂ। ਅਗਲਾ ਸ਼ੋਅ ਹੈ ਆਪਣਾ, ਅਗਲਾ ਸ਼ੋਅ ਹੈ ਸਾਡਾ। ਅਗਲੀ ਅਨਾਉਂਸਮੈਂਟ ਵੀਰੇ ਸੋਮਵਾਰ ਤੋਂ ਬਾਅਦ ਕਰਾਂਗੇ। ਇੱਕ ਵਾਰੀ ਇਦਾਂ ਹੀ ਵੀ ਸੋਮਵਾਰ ਤੱਕ ਹਨੇਰੀ ਬੰਨ ਦਿਓ, ਜੇ ਸਾਨੂੰ ਪਿਆਰ ਕਰਦੇ ਹੋ, ਸਾਡੀ ਕਲਾ ਨੂੰ ਪਿਆਰ ਕਰਦੇ ਹੋ, ਤੁਹਾਡੇ ਮੂਹਰੇ ਹੱਥ ਬੰਨ ਕੇ ਬੇਨਤੀ ਸੱਚੀ ਹੋ, ਪੈਸਾ ਵਸੂਲ ਫਿਲਮ ਹੈ, ਜਾ ਕੇ ਦੇਖ ਕੇ ਆਉਂਗੇ, ਤੁਹਾਨੂੰ ਗਰੰਟੀ ਲੈਣਾ ਵੀ ਤੁਸੀਂ ਫਟਾਫਟ ਹੋਰ ਬੰਦਿਆਂ ਨੂੰ ਲੈ ਕੇ ਜਾਓਗੇ, ਤੁਹਾਨੂੰ ਵਧੀਆ ਲੱਗੂਗੀ। ਚੜ੍ਹਦੀਆਂ ਕਲਾ ਚਲੋ, ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੀ ਫਿਲਮ ਨੂੰ ਜ਼ਰੂਰ ਮਾਣ ਕੇ ਆਓ। ਬਹੁਤ ਸਾਰਾ ਪਿਆਰ, ਚੜ੍ਹਦੀ ਕਲਾ ਜੀ ਘਰੇ ਕੰਮ ਆ ਜੂਗਾ। ਨਹੀਂ, ਭੂਤ ਭਜਾਉਣ ਵਾਲਾ ਨਹੀਂ, ਪਰ ਹੁਣ ਅਸੀਂ ਮੰਤਰ ਨਹੀਂ ਬੇਨਤੀ ਕਰਾਂਗੇ ਵੀ ਆਡੀਅੰਸ ਜ਼ਰੂਰ ਸਾਡੀ ਫਿਲਮ ਜ਼ਰੂਰ ਦੇਖੇ ਜੀ। ਕਮਾਨਾ ਤਾਂ ਬਹੁਤ ਟਾਈਮ ਬਾਅਦ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਮੈਂ ਕਿਹੜਾ ਮੁੱਦਤਾ ਹੋ ਗਿਆ ਇੱਦਾਂ ਦੀ ਫਿਲਮ ਵੇਖਣ, ਕੈਰੀ ਓਨ ਚੱਟਾ ਵੇਖੀ ਜੋ ਤੋਂ ਬਾਅਦ 'ਚ ਇੱਦਾਂ ਦੀ ਕਮਾਲ ਦੀ ਫਿਲਮ ਵੇਖੀ ਆ। ਤੁਸੀਂ ਤਾਂ ਫਿਲਮ 'ਤੇ ਸੈੱਟ 'ਤੇ ਹੀ ਮੌਜੂਦ ਸੀ, ਪਰ ਜਦੋਂ ਹੁਣ ਚੀਜ਼ ਵੇਖੀ ਤਾਂ ਹੁਣ ਕਿੰਨਾ ਕੁ ਇੰਜੋਏ ਕੀਤਾ? ਨਹੀਂ, ਬਹੁਤ ਇੰਜੋਏ ਕੀਤਾ, ਉਹਦਾ ਇੱਕ ਕਾਰਨ ਇਹ ਵੀ ਆ ਵੀ ਅਸੀਂ ਡਰੇ ਹੋਏ ਬਹੁਤ ਸੀਗੇ ਜੀ, ਜਿਵੇਂ ਬੀਨੂ ਭਾਈ ਨੇ ਪਹਿਲਾਂ ਵੀ ਸੀਗੇ, ਬੀਨੂ ਭਾਈ ਕਹਿੰਦਾ ਬਹੁਤ ਡਰੇ ਹੋਏ ਸੀਗੇ। ਇਹ ਨਵਾਂ ਜੋਨਰ ਸੀ ਨਾ ਜੀ, ਸਾਨੂੰ ਇਹ ਸੀ ਵੀ ਇਹ ਐਕਸੈਪਟੇਬਲ ਹੋਏਗਾ ਜਾਂ ਨਹੀਂ, ਅਤੇ ਐਕਸਪੈਰੀਮੈਂਟ ਸੀਗਾ, ਐਕਸਪੈਰੀਮੈਂਟ ਕਈ ਵਾਰ ਫੇਲ ਵੀ ਹੋ ਜਾਂਦੇ ਨੇ, ਪਰ ਸਾਨੂੰ ਲੱਗਿਆ ਅੱਜ ਤੁਸੀਂ ਵੀ ਦੇਖਿਆ ਵੀ ਸਾਡਾ ਐਕਸਪੈਰੀਮੈਂਟ ਸਫਲ ਹੋਇਆ ਜੀ। ਔਖਾ ਕਿੰਨਾ ਕੁ ਹੁੰਦਾ ਜਦੋਂ ਮੂਹਰੇ ਬਿੰਨੂ ਬਾਈ ਨੇ, ਬੀ ਐਨ ਸ਼ਰਮਾ ਜੀ ਨੇ ਅਤੇ ਪੰਚ ਨਾਲ ਮੂਹਰੇ ਬਰਾਬਰ ਮਾਰਨੇ, ਉਹ ਕਿੰਨਾ ਕੁ ਔਖਾ ਸੀ? ਨਹੀਂ, ਔਖਾ ਤਾਂ ਦੇਖੋ ਹੁੰਦਾ ਹੀ ਹੈ, ਕਿਉਂਕਿ ਜਦੋਂ ਤੁਸੀਂ ਨਾ ਇਸਟੈਬਲਿਸ਼ ਆਰਟਿਸਟਾਂ ਦੇ ਵਿੱਚ ਕੰਮ ਕਰਦੇ ਹੋ ਨਾ, ਤੁਹਾਨੂੰ ਆਪਦੀ ਸਪੇਸ ਬਣਾਉਣੀ ਪੈਂਦੀ ਹੈ ਜੀ, ਅਤੇ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਅਤੇ ਹਮੇਸ਼ਾ ਹੀ ਜਿਹੜਾ ਨਵਾਂ ਬੰਦਾ ਨਰਵਸ ਜ਼ਰੂਰ ਹੁੰਦਾ, ਪਰ ਕੌਨਫੀਡੈਂਸ ਇੰਨਾ ਕਿ ਸੀ। ਇਹ ਉਹ ਲੋਕ ਨੇ ਜਿਹੜੇ ਜੇ ਕਸ਼ਤੀ ਮਝਧਾਰ 'ਚ ਡੁੱਬਦੀ ਹੋਵੇ ਨਾ, ਤਾਂ ਧੱਕਾ ਲਾ ਕੇ ਪਾਰ ਕਰਨ ਵਾਲੇ ਲੋਕ ਨੇ ਇਹ, ਅਤੇ ਇਹਨਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਜੀ। ਉਹ ਲੋਕ ਕਹਿੰਦੇ ਆ ਨਾ ਵੀ ਯਾਰ ਕਾਮੇਡੀ ਫਿਲਮ ਬਣਾਉਣੀ ਬਹੁਤ ਸੌਖੀ ਆ, ਪਰ ਸਾਨੂੰ ਵੇਖ ਕੇ ਲੱਗਦਾ ਨਹੀਂ ਯਾਰ, ਕਾਮੇਡੀ ਫਿਲਮ ਬਣਾਉਣੀ ਸਭ ਤੋਂ ਔਖੀ ਆ, ਹਸਾਉਣ ਵਾਲਾ ਕੰਮ ਸੌਖਾ ਹੁੰਦਾ, ਕਿਉਂਕਿ ਅਸੀਂ ਮਿੰਟ 'ਚ ਕਹਿੰਦੇ ਯਾਰ ਇਹ ਪੰਚ ਤਾਂ ਸੁਣਿਆ ਹੋਇਆ, ਪਰ ਵੀਰੇ ਆਹ ਤਾਂ ਕਦੇ ਸੁਣੀ ਨਹੀਂ, ਜਿਹੜੇ ਪੰਚ ਸੁਣੇ ਤਾਂ ਲੱਗਿਆ ਰਹੇ ਤਾਂ ਕਮਾਲ ਦੀ ਗੱਲ। ਬਿਲਕੁਲ ਜੀ ਬਿਲਕੁਲ, ਦੇਖੋ ਹਸਾਉਣਾ, ਜਿਹੜੀ ਦੁਨੀਆ ਜੀ ਟੈਨਸ਼ਨਾਂ ਨਾਲ ਭਰੀ ਪਈ ਹੈ, ਹਸਾਉਣਾ ਬਹੁਤ ਔਖਾ, ਅਤੇ ਪਰ ਨਾਲ ਦੀ ਨਾਲ ਸਾਨੂੰ ਇਹ ਲੱਗਦੀ ਪੁੰਨ ਦਾ ਕੰਮ ਵੀ ਹੈ, ਅੱਜ ਦੀ ਟੈਨਸ਼ਨ ਭਰੀ ਦੌਰ ਦੇ ਵਿੱਚ ਤੁਸੀਂ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਓ ਤਾਂ ਉਹ ਪੁੰਨ ਦਾ ਕੰਮ ਹੀ ਹੈ ਜੀ। ਤੁਹਾਨੂੰ ਵੇਖ ਕੇ ਸੱਚੀ ਕਹਿਣਾ ਦਿਲ ਵਾਗੋ ਵਾਗ ਹੋ ਜਾਂਦਾ ਵੀ ਐਡੇ ਸਾਡੇ ਕਮਾਲ ਦੀ ਸਾਨੂੰ ਫਿਲਮਾਂ ਦਿੰਦੇ ਹੋ, ਜਿਉਂਦੇ ਰਹੋ ਭੂਤ ਜੀ। ਭਾਈ ਕੈਰੀਅਰ ਤੋਂ ਬਾਅਦ ਪਹਿਲੀ ਫਿਲਮ ਵੇਖੀ ਹੈ? ਅੱਛਾ, ਇੰਨੀ ਕਮਾਲ ਦੀ ਫਿਲਮ ਪਹਿਲੀ ਵਾਰੀ ਵੇਖੀ ਹੈ? ਥੈਂਕ ਯੂ ਸੋ ਮਚ, ਥੈਂਕ ਯੂ। ਹੱਥ ਲਾਲ ਹੋ ਗਏ, ਤਾੜੀਆਂ ਮਾਰ ਮਾਰ ਕੇ? ਹਾਂ, ਬਹੁਤ ਤਾੜੀਆਂ ਮਾਰ ਰਹੇ ਸੀ। ਇਹ ਤੁਸੀਂ ਜਦੋਂ ਨਰਵਸ ਕਿਉਂ ਸੀਗੇ? ਇੰਨਾ ਸੋਹਣਾ ਪ੍ਰੋਜੈਕਟ ਸੀਗਾ, ਬਿੰਨੂ ਬਾਈ ਕਹਿੰਦਾ ਅਸੀਂ ਯਾਰ ਬਹੁਤ ਡਰੇ ਹੋਏ ਸੀਗੇ, ਉਹ ਕਾਰਨ ਕੀ ਸੀਗਾ? ਦੇਖੋ, ਡਰ ਹਮੇਸ਼ਾ ਰਹਿੰਦਾ, ਤੁਸੀਂ ਜੋ ਮਰਜ਼ੀ ਕਹੋ, ਕਿ ਜਦੋਂ ਵੀ ਕੋਈ ਚੀਜ਼ ਬਣਾਉਂਦੇ ਹਾਂ, ਜਦ ਤੱਕ ਇੱਕ ਆਹ ਜਿਵੇਂ ਸ਼ੋਅ ਆ, ਇਹ ਸ਼ੋਅ ਦਾ ਰਿਸਪੋਂਸ ਮੈਨੂੰ ਤਾਂ ਬੰਬੇ, ਮੈਂ ਤਾਂ ਇਕੱਲਾ ਬੈਠਾ ਹੁੰਦਾ ਸਟੂਡੀਓ ਦੇ ਅੰਦਰ ਕੰਮ ਕਰਦਾ, ਟੈਕਨੀਸ਼ੀਅਨ ਦੇ ਨਾਲ ਉਦੋਂ ਨਹੀਂ ਪਤਾ ਲੱਗਦਾ, ਇੱਥੇ ਫਿਰ ਭਾਅ ਜੀ ਪੁੱਛਦੇ ਰਹਿੰਦੇ ਆ, ਇਹ ਡਬਿੰਗ 'ਚ ਦੇਖੀ ਹੁੰਦੀ ਹੈ ਫਿਲਮ ਇਹਨਾਂ ਨੇ, ਇਹ ਕਿਵੇਂ ਬਣੀ? ਮੈਂ ਕਿਹਾ ਭਾਅ ਜੀ ਮੈਨੂੰ ਕੀ, ਹੁਣ ਮੈਂ ਤਾਂ ਇੰਨੀ ਵਾਰ ਦੇਖ ਲਈ, ਸੋ ਡਰ ਇਹਨਾਂ ਦੇ ਮਨ 'ਚ ਵੀ ਹੁੰਦਾ ਵੀ ਆਡੀਅੰਸ ਕਿਵੇਂ ਰਿਐਕਟ ਕਰੂ, ਤਾਂ ਇਸ ਕਰਕੇ ਉਹ ਡਰ ਉਦੋਂ ਹੀ ਪੂਰਾ ਦੂਰ ਹੁੰਦਾ ਜਦ ਰਿਐਕਟ, ਜਿਵੇਂ ਤੁਸੀਂ ਕਿਹਾ ਵੀ ਅੱਜ ਤਾੜੀਆਂ ਮਾਰ ਮਾਰ ਕੇ ਹੱਥ ਲਾ ਲਓਗੇ। ਬਹੁਤੇ ਬੰਦੇ ਕਹਿੰਦੇ ਨੇ ਭਾਅ ਜੀ ਕਹਿੰਦੇ ਕਾਮੇਡੀ ਫਿਲਮ ਬਣਾਉਣੀ ਸੌਖੀ ਆ, ਪਰ ਮੈਨੂੰ ਤਾਂ ਸਭ ਤੋਂ ਜ਼ਿਆਦਾ ਔਖੀ ਆ, ਕਿਉਂਕਿ ਜਦੋਂ ਪੰਚ ਰਿਪੀਟ ਹੋਣ ਲੱਗ ਜਾਣਾ ਜਾਂ ਅਸੀਂ ਕਹਿ ਲਈ ਇਹ ਚੀਜ਼ ਤਾਂ ਸੁਣੀ ਹੋਈ ਆ, ਅਸੀਂ ਜਲਦੀ ਨਿੰਦ ਵੀ ਦਿੰਦੇ ਹਾਂ, ਪਰ ਇਹ ਚੀਜ਼ ਤਾਂ ਸਾਨੂੰ ਹਰੇਕ ਚੀਜ਼ ਫਰੈਸ਼ ਲੱਗੀ ਯਾਰ, ਪੰਚ ਵੀ ਨਵੇਂ ਪਹਿਲੀ ਵਾਰੀ ਸੁਣੀ। ਦੇਖੋ, ਮੇਰੇ ਅਕੋਰਡਿੰਗ ਕਾਮੇਡੀ ਸੀਰੀਅਸ ਬਿਜ਼ਨਸ ਆ ਜੀ, ਸਭ ਤੋਂ ਵੱਡੀ ਗੱਲ ਆ, ਜੇ ਮੈਂ ਕੋਈ ਸੀਰੀਅਸ ਸੀਨ ਫਿਲਮ 'ਚ ਦਿਖਾ ਰਿਹਾ, ਸਪੋਜ਼ ਮੈਂ ਦਿਖਾਇਆ ਕਿਸੇ ਦੀ ਮਦਰ ਦੀ ਡੈਥ ਹੋ ਗਈ, ਪਿੱਛੇ ਮਿਊਜ਼ਿਕ ਪਾਰਤਾ ਸੈਡ, ਤੁਸੀਂ ਆਪਣੀ ਜ਼ਿੰਦਗੀ ਦੀ ਕੋਈ ਟ੍ਰੈਜਡੀ ਯਾਦ ਕਰਕੇ ਸੈਡ ਹੋ ਜਾਓਗੇ, ਤੁਹਾਡੇ ਘਰ ਦੇ ਅੰਦਰ ਹੋ ਸਕਦਾ ਤੁਹਾਡੇ ਮਦਰ ਹੋਣ, ਪਰ ਕੋਈ ਲਾਈਫ 'ਚ ਹੋਰ ਟ੍ਰੈਜਡੀ ਹੋਏ, ਕੋਈ ਹੋਰ ਗੁਜ਼ਰ ਗਿਆ ਹੋਏ, ਫਾਦਰ ਗੁਜ਼ਰ ਗਏ ਹੋਣੇ, ਤੁਸੀਂ ਕਨੈਕਟ ਕਰ ਲੈਂਦੇ ਹੋ ਕਿਸੇ ਦੀ ਟ੍ਰੈਜਡੀ ਦੇ ਨਾਲ, ਪਰ ਜੇ ਜੋਕ ਜਿਹੜਾ ਹੈਗਾ ਸਕਰੀਨ 'ਤੇ ਵਰਕ ਨਹੀਂ ਕਰ ਰਿਹਾ, ਤੁਸੀਂ ਕੋਈ ਪੁਰਾਣਾ ਚੁਟਕਲਾ ਯਾਦ ਕਰਕੇ ਨਹੀਂ ਹੱਸੋਗੇ, ਇਹ ਫਰਕ ਆ, ਬਸ ਇੰਨਾ ਫਰਕ ਆ, ਉਹ ਚੁਟਕਲਾ ਵਰਕ ਕਰੂਗਾ ਤਾਂ ਤੁਹਾਨੂੰ ਅੱਛਾ ਲੱਗੂਗਾ, ਤੁਸੀਂ ਆਪ ਨਹੀਂ ਹੱਸ ਸਕਦੇ, ਟ੍ਰੈਜਡੀ ਦੇ ਅੰਦਰ ਕੋਈ ਟ੍ਰੈਜਡੀ ਕਿਸੇ ਦੀ ਚੱਲ ਰਹੀ, ਆਪਣੀ ਟ੍ਰੈਜਡੀ ਨਾਲ ਕਨੈਕਟ ਕਰ ਲੈਂਦੇ ਹੋ, ਇਹ ਆਪਣਾ ਨੇਚਰ ਆ ਸੈਂਸਿਟਿਵ ਬੰਦੇ ਦਾ,
ਕੇ ਬੰਦੇ ਨੂੰ ਆਪਣੀ ਟ੍ਰੈਜਡੀ ਯਾਦ ਆ ਜਾਂਦੀ ਹੈ, ਇਸ ਕਰਕੇ ਬੰਦੇ ਦਾ ਮਨ ਭਰ ਜਾਂਦਾ। ਸੱਚ ਹੈ ਕਹਿੰਦੇ ਤੁਸੀਂ ਫਿਲਮ ਤੋਂ ਪਹਿਲਾਂ ਤੁਸੀਂ ਗੱਲਾਂ ਬਾਤੀਆਂ ਕਰਵਾ ਲੈਂਦੇ ਹੋ, ਬੱਚੋ ਕਿਉਂਕਿ ਪੰਚ ਨਿਕਲ ਜੂਗਾ, ਤੁਸੀਂ ਇੰਨੇ ਗੱਲਾਂ ਬਾਤਾਂ ਕਰੋ। ਦੇਖੋ ਮੇਰਾ ਮਨ ਇਹ ਹੁੰਦਾ ਕਿ ਮੈਂ ਜਿੰਨਾ ਕੁ ਰਾਈਟਰ ਦੇ ਨਾਲ ਬੈਠ ਕੇ ਜਿੱਥੇ ਤੱਕ ਲੈ ਕੇ ਜਾ ਸਕਦਾ ਸੀ ਉਹ ਲੈ ਗਿਆ ਸਕ੍ਰਿਪਟ, ਹੁਣ ਐਕਟਰ ਇਸ ਤੋਂ ਉੱਤੇ ਲੈ ਕੇ ਜਾ ਸਕਦੇ ਆ ਜੀ, ਕਿਉਂ ਕਰਕੇ ਉਹ ਕਰੈਕਟਰ 'ਚ ਹੁੰਦੇ ਆ, ਕੱਪੜੇ ਪਾਏ ਹੁੰਦੇ ਆ, ਮੇਕਅਪ ਕੀਤਾ ਹੁੰਦਾ, ਤਾਂ 100% ਰਾਈਟਰ ਐਕਟਰਾਂ ਨੂੰ ਬਿਠਾ ਕੇ ਦੋਨਾਂ ਦੇ ਨਾਲ ਉਹ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰੀ ਦੀ ਆ। ਥੈਂਕ ਯੂ ਸੋ ਮਚ ਭਾਈ, ਥੈਂਕ ਯੂ, ਥੈਂਕ ਯੂ ਮੈਨੂੰ ਭਾਈ। ਸਤਿ ਸ਼੍ਰੀ ਅਕਾਲ ਜੀ, ਵੀਰੇ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਵੀਰੇ? ਵੀਰੇ ਚੜ੍ਹਦੀ ਕੀ ਜਾਣੀ ਕਰਦਾ ਨਾ ਹੁਣ ਤੋਂ ਦੂਰ ਹੋਣ ਨੂੰ। ਨਾਨਾ ਬਾਬਾ ਕਿਰਪਾ ਕਰੇ, ਤੁਹਾਨੂੰ ਵਧੀਆ ਲੱਗੀ ਉਹਦੇ ਲਈ ਬਹੁਤ ਸ਼ੁਕਰੀਆ, ਅਤੇ ਸਾਰਿਆਂ ਨੂੰ ਬੇਨਤੀ ਤੁਹਾਡੇ ਮਾਧਿਅਮ ਥਰੂ ਵੀ ਜਾ ਕੇ ਸਾਡਾ ਸਿਨੇਮਾ ਦੇਖ ਕੇ ਆਓ। ਸਾਨੂੰ ਅਸੀਂ ਬੜੇ ਟਾਈਮ ਬਾਅਦ ਬੜੀ ਵਧੀਆ ਫਿਲਮ ਲੱਗੀ ਹੈ ਅਤੇ ਤੁਹਾਨੂੰ ਬੇਹੱਦ ਪਸੰਦ ਆਉਣੀ ਹੈ, ਸਾਰੇ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਮਾਤਾਵਾਂ ਨਾਲ ਜਾਓ, ਬੜੀ ਸਾਫ਼ ਸੁਥਰੀ ਫਿਲਮ ਹੈ ਔਰ ਤੁਸੀਂ ਇੰਨਾ ਹੱਸੇ, ਇੰਨਾ ਵਧੀਆ ਰਿਸਪੋਂਸ ਦਿੱਤਾ, ਤੁਹਾਡੀਆਂ ਉਹ ਬਲੈਸਿੰਗਸ ਲਈ, ਤੁਹਾਡੀਆਂ ਉਹ ਤਾੜੀਆਂ ਲਈ, ਤੁਹਾਡੀਆਂ ਉਹ ਚੀਕਾਂ ਲਈ, ਤੁਹਾਡੇ ਹਾਸੇ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੋਈ ਭੂਤ ਫਸਾਊ ਮੰਤਰ ਹੈਗਾ? ਉਹ ਮੇਰੇ ਕੋਲ ਹੀ ਹੈ, ਦੱਸਣਾ ਨਹੀਂ, ਜੇ ਉਹ ਦੱਸਦਾ ਬਾਬਾ ਜੀ ਤੁਸੀਂ ਬਾਹਰ ਦੱਸ ਲੈ ਕੇ ਖੜੇ ਹੋਣਾ ਨਾ, ਉਹਨਾਂ ਦੇ ਡਾਕਟਰ, ਭੂਤਾਂ ਦੇ ਡਾਕਟਰ, ਸਾਡੇ ਵੱਡੇ ਡਾਕਟਰ ਇੱਧਰ ਖੜੇ ਨੇ PGI 'ਚੋਂ, ਜਿਹੜੇ ਸਪੈਸ਼ਲਿਸਟ ਨੇ ਹੈ ਨਾ ਇਸ ਇਹਨਾਂ ਕੰਮਾਂ ਦੇ, ਸੋ ਉਹ ਭਾਅ ਜੀ ਕੋਲ ਆ, ਭਾਅ ਜੀ ਦੇ ਪੈਰੀ ਪੂਰੀ ਹੱਥ ਲਾ ਕੇ ਲੈਂਦੇ ਹਾਂ ਇੱਕ ਅੱਧਾ ਮੰਤਰ। ਦੇਖੋ ਤੁਸੀਂ ਪਿਆਰ ਨਾਲ ਨਾ, ਤੁਸੀਂ ਕਹਿੰਦੇ ਮੈਨੂੰ ਡਾਕਟਰ ਸ਼ਰਮਾ ਵੀ ਕਹਿ ਸਕਦੇ, ਮੈਂ ਕਿਹਾ ਅੱਛਾ ਜੀ ਕਹੋ। ਥੈਂਕ ਯੂ ਜੀ, ਥੈਂਕ ਯੂ। ਦੇਖੋ ਮੇਨ ਗੱਲ ਹੈ ਕਿ ਫਿਲਮ ਦਾ ਨਾਂ ਹੈ ਜਿਉਂਦੇ ਰਹੋ ਭੂਤ ਜੀ। ਸੋਚਣ ਵਾਲੀ ਗੱਲ ਹੈ ਵੀ ਜਿਉਂਦੇ ਰਹੇ ਆਸ਼ੀਰਵਾਦ ਕਿਉਂ ਦਿੱਤਾ ਭੂਤ ਨੂੰ, ਜਦ ਇੰਨਾ ਸੋਹਣਾ ਭੂਤ ਹੋਏ ਤਾਂ ਬੰਦਾ ਕਿਉਂ ਨਾ ਜਿਉਂਦੇ ਰਹੋ ਕਹੇਗਾ। ਬਿਲਕੁਲ ਬਿਲਕੁਲ ਵੀਰੇ, ਥੈਂਕ ਯੂ।